ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਦੇ ਵਸਨੀਕ ਸੂਬੇਦਾਰ ਨੰਦ ਸਿੰਘ ਜੀ ਵੱਲੋਂ ਆਪਣੇ ਘਰ ਪੋਤਰੀ ਮਹਿਤਾਬਪ੍ਰੀਤ ਕੌਰ ਹੋਣ ਦੀ ਖੁਸ਼ੀ ਵਿੱਚ ਘਰ ਦੇ ਅੱਗੇ ਨਿੰਮ ਬੰਨਿਆ ਗਿਆ ਅਤੇ ਇੱਕ ਧੀ ਪੈਦਾ ਹੋਣ ਦੀ ਖੁਸ਼ੀ ਮਨਾਈ ਗਈ। ਇਸ ਨਾਲ ਉਹਨਾਂ ਨੇ ਆਮ ਲੋਕਾਂ ਨੂੰ ਸੰਦੇਹ ਦਿੱਤਾ ਕਿ ਪੁੱਤਾਂ ਵਾਂਗੂ ਧੀਆਂ ਨੂੰ ਵੀ ਇਸੇ ਤਰ੍ਹਾਂ ਸਤਿਕਾਰ ਦਿਓ। ਇਸ ਮੌਕੇ ਸਮੁੱਚੀਆਂ ਸੰਗਤਾਂ ਵੱਲੋਂ ਪਰਿਵਾਰ ਨੂੰ ਵਧਾਈ ਵੀ ਦਿੱਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਅੱਜ ਮੇਰੇ ਘਰ ਪੋਤੀ ਨੇ ਜਨਮ ਲਿਆ ਹੈ, ਜੋ ਕਿ ਅਸੀਂ ਨਿੰਮ ਬੰਨ ਕੇ ਇਹਨਾਂ ਦਾ ਖੁਸ਼ੀ ਜ਼ਾਹਰ ਕੀਤੀ ਹੈ। ਅਤੇ ਮੈਂ ਸੂਬੇਦਾਰ ਨੰਦ ਸਿੰਘ, ਪਿੰਡ ਭਾਈ ਰੂਪਾ, ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ। ਮੈਂ ਸਾਰਨੂੰ ਬੇਨਤੀ ਕਰਦਾ ਹੈ ਕਿ ਧੀਆਂ ਨੂੰ ਜਨਮ ਲੈਣ ਦਿਓ, ਧੀਆਂ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ, ਔਰ ਜੋ ਸਮੇਂ ਦੀ ਮਜ਼ਾਕ ਦੇ ਮੁਤਾਬਕ ਬੱਚਿਆਂ ਨੂੰ ਜਨਮ ਲੈ। ਕੈਮਰਾਮੈਨ ਰਾਜੀਵ ਗੋਇਲ ਦੇ ਨਾਲ ਗੌਰਵ ਗਰਗ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ।